ਤੁਸੀਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉਹ ਮੈਨੂੰ ਕਹਿੰਦਾ ਸਿੰਘ ਫੋਨ ਕਰਕੇ ਵੀ ਮੈਂ ਪਹਿਲੇ ਸੇ ਜਾ ਸਕਦਾ ਮੈਂ ਪੁੱਛਿਆ ਉੱਥੇ ਹੁੰਦਾ ਕੀ ਹੈ ਕਹਿੰਦਾ ਉੱਥੇ ਪਾਰਟੀ ਹੁੰਦੀ ਹੈ ਜੀ ਨੱਚ ਗਾਣੇ ਹੁੰਦੇ ਨੇ ਜੀ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ ਪਹਿਲਾਂ ਦੂਜੇ ਦੀ ਧੀ ਲਿਆਕਨੇ ਚਾਹੁੰਦੇ ਨੇ ਫਿਰ ਜਦੋਂ ਥੋੜੀ ਜਿਹੀ ਸ਼ਰਾਬ ਅੰਦਰ ਜਾਂਦੇ ਦੋ ਕੁੱਟ ਫਿਰ ਆਪਣੀ ਭੈਣ ਦਾ ਹੱਥ ਫੜ ਕੇ ਨੱਚਣਾ ਸ਼ੁਰੂ ਕਰ ਦਿੰਦੇ ਨੇ ਇਦਾਂ ਹੀ ਆ ਜੀ ਸਸਤਾ ਕਹਿੰਦੇ ਇਹਨੇ ਤਾਂ ਪਤਾ ਨਹੀਂ ਕੀ ਸੱਚ ਸੁਣਨਾ ਬਹੁਤ ਔਖ ਹੈ ਬਹੁਤ ਔਖ ਹੈ ਸੱਚ ਬੋਲਣਾ ਬੜਾ ਔਖ ਹੈ ਡੰਡੇ ਪੈਂਦੇ ਆ ਛਿੱਤਰ ਪੈਂਦੇ ਤੇ ਮੇਰੇ ਗੁਰੂ ਨੇ ਕਿਹਾ ਸੀ ਜਿੱਦਨ ਮੈਂ ਤੁਰਿਆ ਸੀ ਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਸੱਚ ਬੋਲਣਾ ਤਾਂ ਛਿੱਤਰ ਖਾਣ ਲਈ ਵੀ ਤਿਆਰ ਰਹੀਂ ਫਿਰ ਮੈਂ ਨੂੰ ਨਾ ਲਾ ਮੈਂ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂ ਤੂੰ ਜਾ ਸਕਦਾ ਹੈ ਪਹਿਲੇ ਸੇ ਜਾ ਸਕਦਾ ਹੈ ਖੋਜ ਹੋ ਗਿਆ ਕੋਈ ਨਹੀਂ ਪਾਪ ਸਰਜੀ ਸੈਨ ਨੂੰ ਲੱਗੇਗਾ ਤੇ ਮੈਂ ਕਿਹਾ ਇੱਕ ਗੱਲ ਹੋਰ ਸੁਣ ਲੈ ਹੁਣ ਤੇ ਜੇ ਤੂੰ ਪਹਿਲੇ ਸੇ ਜਾਣਾ ਹੈ ਨਾ ਤੇ ਤੁਸੀਂ ਵੀ ਜਰਾ ਦਿਲ ਥਾਮ ਕੇ ਸੁਣਿਓ ਹੈ ਥੋੜੀ ਕਰੜੀ ਗੱਲ ਨਾ ਕਵਾ ਹਾਂ ਇਹ ਲੋ ਮੇਰੇ ਨਾਲ ਖਲੋਣਾ ਪੈਣਾ ਵਾਹਿਗੁਰੂ 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 ਮੈਂ ਕਿਹਾ ਚਲੇ ਜਾਈ ਪਰ ਇੱਕ ਸ੍ਰੀ ਸਾਹਿਬ ਲੈ ਜੀ ਤਿੰਦ ਸੀ ਰੀਸਾਬ ਕੀ ਕਰਨੀ ਹੈ ਮੈਂ ਕਿਹਾ ਮੱਛੇ ਰੰਗੜ ਬੜੇ ਹੋਣੇ ਨੇ ਵੱਢਣੇ ਪੈਣੇ ਨੇ ਨਹੀਂ ਸਮਝ ਲਕੀ ਮੱਛੇ ਰੰਗੜ ਦਾ ਕੀ ਦੋਸ਼ ਸੀ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹਟਾ ਦਿੱਤਾ ਤੇ ਉੱਥੇ ਬੈਠ ਕੇ ਸ਼ਰਾਬ ਪੀਣ ਲੱਗ ਗਿਆ ਮਾਸਖਾਨ ਲੱਗ ਗਿਆ ਤੇ ਬੀਬੀਆਂ ਨਿਚਾਨ ਲੱਗ ਗਿਆ ਸਿੰਘਾਂ ਨੂੰ ਗੁੱਸਾ ਲੱਗਾ ਉਹਨਾਂ ਨੇ ਉਹਦਾ ਸਿਰ ਵੱਢ ਦਿੱਤਾ ਤੇ ਅਸੀਂ ਕੀ ਕਰਦੇ ਹਾਂ ਘਰੋਂ ਗੁਰੂ ਗੁਰੂ ਗ੍ਰੰਥ ਸਾਹਿਬ ਹਟਾ ਦਿੰਨੇ ਆ ਤੇ ਮੁੜ ਕੇ ਉੱਥੇ ਕੀ ਕਰਦੇ ਆ ਸ਼ਰਾਪਿੰਦੇ ਨੇ ਮਾਸਖਾਂ ਦੇ ਨੇ ਬੀਬੀਆਂ ਦੇ ਚਾਂਦੇ ਨੇ ਫਰਕ ਕੀ ਹੈ ਫਰਕ ਮੈਂ ਦੱਸਦਿਆਂ ਕੀ ਹੈ ਮੱਸਾ ਰੰਗੜ ਤਾਂ ਕਿਸੇ ਦੂਜੇ ਦੀ ਨਚਾਂਦਾ ਸੀ ਅਸੀਂ ਆਪਣੀਆਂ ਨਾਲ ਹੀ ਨੱਚਦੇ ਹਾਂ ਉਸ ਤੋਂ ਵੀ ਇੱਕ ਕਦਮ ਅੱਗੇ ਲੰਘ ਗਏ